ਸੋਸ਼ਲ ਮੀਡੀਆ ਉੱਤੇ ਇੱਕ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੂਚਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਜਾ ਰਹੀ ਦਿਖਾਈ ਦੇ ਰਹੀ ਸੀ ਦਰਅਸਲ ਬਿਨਾਂ ਬਾਪ ਦੇ ਇਸ ਬੱਚੀ ਦੀ ਘਰ ਦੀ ਬਿਜਲੀ ਬਿੱਲ ਨਾ ਦੇਣ ਕਾਰਨ ਕੱਟੀ ਗਈ ਸੀ ਇਸ ਲਈ ਬੱਚੀ ਦੀਵਾ ਬਾਲ ਕੇ ਪੜ੍ਹਾਈ ਕਰਦੀ ਨਜ਼ਰ ਆ ਰਹੀ ਸੀ ਬਾਅਦ ਵਿੱਚ ਵੀਡੀਓ ਵਾਇਰਲ ਹੋਣ ਉੱਤੇ ਬਿਜਲੀ ਵਿਭਾਗ ਵੱਲੋਂ ਵੀ ਕੁਝ रियायत ਦਿੱਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ ਹੁਣ ਦੀਵੇ ਦੀ ਰੋਸ਼ਨੀ ਵਿੱਚ ਪੜਨ ਵਾਲੀ ਇਸ ਬੱਚੀ ਨੇ 12ਵੀਂ ਦੀ ਪ੍ਰੀਖਿਆ ਵਿੱਚ ਆਪਣੇ ਕਾਲਜ ਵਿੱਚ ਟੌਪ ਕੀਤਾ ਹੈ ਅਤੇ ਕਮਲਪ੍ਰੀਤ 12ਵੀਂ ਦੀ ਪ੍ਰੀਖਿਆ ਵਿੱਚ 90.8% ਨੰਬਰ ਲੈ ਕੇ ਪਾਸ ਹੋਈ ਹੈ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਕੇ ਆਰਟੀ ਫਾਊਂਡੇਸ਼ਨ ਵੱਲੋਂ ਇਸ ਦੇ ਅੱਗੇ ਦੀ ਪੜ੍ਹਾਈ ਦਾ ਸਾਰਾ ਜਿੰਮਾ ਚੁੱਕਿਆ ਗਿਆ ਹੈ ਬਟਾਲਾ ਕਲਾਨੌਰ ਤੋਂ ਅੱਜ ਦੀ ਆਵਾਜ਼ ਲਈ ਇੰਦਰ ਮੋਹਨ ਸਿੰਘ ਸੋਢੀ ਦੀ ਰਿਪੋਰਟ ਨਾਮ ਕਮਲਪ੍ਰੀਤ ਕੋਹਰਾ ਤੇ ਮਹਿਸੂਜਪੰਦੀ ਰਹਿਣ ਵਾਲੀ ਜਿਲ੍ਹਾ ਗੁਰਦਾਸਪੁਰ ਵਿੱਚ ਮੈਂ ਪਾਸ 2 ਵਿੱਚ ਜੋ 90% 90.8% ਨੰਬਰ ਲੈ ਕੇ ਜਿਹੜੀ ਪਾਸ ਆਊਟ ਹੋਈ ਆ ਤੇ ਆਪਣੀ ਕਲਾਸ ਵਿੱਚ ਮੈਂ ਟੋਪ ਕੀਤਾ ਜਦੋਂ ਪਹਿਲਾਂ ਲਾਈਟ ਆਫ ਹੋਈ ਸੀ ਤੇ ਪੜਾਈ ਵਿੱਚ ਬਹੁਤ ਦਿੱਕਤ ਆਈ ਸੀ ਤੇ ਮਤਲਬ ਕਿ ਬਹੁਤ ਮੁਸ਼ਕਿਲ ਦੇ ਨਾਲ ਪੜ੍ਹਦੀ ਹੁੰਨੀ ਸੀ ਰਾਤ ਨੂੰ ਵੀ ਬੜੀ ਮੁਸ਼ਕਿਲ ਹੁੰਦੀ ਹੀ ਪੜ੍ਹਨ ਦੇ ਲੱਗਿਆ ਕਈ ਵਾਰੀ ਕੈਂਡਲ ਜਗਾ ਕੇ ਜਾਂ ਫਿਰ ਦੀਵਾ ਜਗਾ ਕੇ ਪੜ੍ਹਨਾ ਪੈਂਦਾ ਸੀ ਜਾਂ ਫਿਰ ਫੋਨ ਦੀ ਲਾਈਟ ਕਰਕੇ ਪੜ੍ਹਨਾ ਪੈਂਦਾ ਸੀ ਤੇ ਟੀਚਰਸ ਵੀ ਬਹੁਤ ਪਰੇਸ਼ਾਨ ਸੀ ਕਿ ਬੱਚੀ ਕਿਵੇਂ ਕਰੇਗੀ ਐਗਜ਼ਾਮ ਦਾ ਕਿਵੇਂ ਕਲੀਅਰ ਕਰੇਗੀ ਕਿਵੇਂ ਪਾਸ ਆਊਟ ਹੋਏਗੀ ਫਿਰ ਸਾਡੀ ਬਹੁਤ ਸਾਰੀਆਂ ਸੰਸਥਾਵਾਂ ਨੇ ਮੇਂ ਮਦਦ ਕੀਤੀ ਫਿਰ ਹੈਡ ਕੀ ਆਰਟੀ ਫਾਊਂਡੇਸ਼ਨ ਨੇ ਹਰ ਸਾਡੀ ਹੈਲਪ ਕੀਤੀ ਤੇ ਹੋਰ ਵੀ ਬਈ ਸਾਰੀਆਂ ਸੰਸਥਾਵਾਂ ਨੇ ਸਾਡੀ ਜੜੀ ਹੈਲਪ ਕੀਤੀ ਸੀ ਤੇ ਬਾਅਦ ਵਿੱਚ ਸਾਡੀ ਲਾਈਟ ਆ ਗਈ ਤੇ ਬਾਅਦ ਵਿੱਚ ਮੈਂ ਹੋਰ ਮੈਂ ਤੇ ਨਾਲ ਪੜੀ ਜਿਹੜਾ ਮੈਂ ਪਹਿਲਾਂ ਮੇਰਾ ਜੜਾ ਹੀ ਲੋਸ ਹੋਇਆ ਸੀ ਪੜਾਈ ਦੇ ਵਿੱਚ ਤੋਂ ਮੈਂ ਸਾਰਾ ਮਤਲਬ ਕਿ ਜਟ ਕੇ ਜੜੀ ਮਿਹਨਤ ਕੀਤੀ ਸੀ ਡਬਲ ਸਟੱਡੀ ਕੀਤੀ ਮੈਂ ਬਾਅਦ ਵਿੱਚ ਤੇ ਮੈਂ ਜੋ ਵੀ ਪੜਦੀ ਹਾਂ ਹਰ ਚੀਜ਼ ਨੂੰ ਧਿਆਨ ਦੇ ਨਾਲ ਪੜਦੀ ਹਾਂ ਤੇ ਟ੍ਰੈਫੀਕੇਸ਼ਨ ਜਿਹੜੀ ਉਹ ਮੈਂ ਨਹੀਂ ਸੀ ਕਰਦੀ ਤਾਂ ਕਰਕੇ ਮੇਰੇ ਜਿਹੜੇ ਨੰਬਰਸ ਜਿਹੜੇ ਗਰੋਪ ਹੋਏ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਆਪਣੇ ਜਿਹੜਾ ਫਿਊਚਰ ਵਾਲ ਜਿਹੜਾ ਵਾ ਧਿਆਨ ਦਿਵੋ ਕਿ ਤੁਸੀਂ ਸਕਸੈਸ ਜਿਹੜਾ ਵਾ ਕਿਵੇਂ ਕਰਨਾ ਵਾ ਪ੍ਰਾਪਤ ਤੇ ਤਰ ਤਰ ਫੋਨ ਦੇ ਵਿੱਚ ਜਿਹੜਾ ਬੱਚੇ ਕਿ ਲੱਗੇ ਰਹਿੰਦੇ ਆ ਪੜਾਈ ਵੱਲ ਧਿਆਨ ਨਹੀਂ ਦਿੰਦੇ ਹੈ ਗੇਮ ਆਪਿਆਂਦੇ ਵੀ ਕਹਿਣਾ ਨਹੀਂ ਮੰਨਦੇ ਹੈਗੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਆਪਣੀ ਵੱਧ ਤੋਂ ਵੱਧ ਪੜਾਈ ਵੱਲ ਧਿਆਨ ਦਿਓ ਤੇ ਵਧੀਆ ਤੋਂ ਵਧੀਆ ਜਿਹੜਾ ਰੋ ਕੋਟ ਰਹੀ ਹੈ ਪੜਾਈ ਵਿੱਚ ਬਹੁਤ ਦਾ ਸਪੋਰਟ ਰਹੀ ਆ ਮੰਮੀ ਕਈ ਵਾਰੀ ਮੈਨੂੰ ਘਰ ਦਾ ਕੰਮ ਵੀ ਨਹੀਂ ਕਰ ਦਿੰਦੇ ਹੁੰਦੇ ਜਦੋਂ ਸਾਡੇ ਪੇਪਰ ਸੀ ਪੇਪਰ ਦੇ ਦਿਨ ਚੱਲਦੇ ਪਏ ਸੀ ਤੋਂ ਮਮੀ ਮੈਨੂੰ ਘਰ ਦਾ ਕੰਮ ਵੀ ਨਹੀਂ ਕਰ ਦਿੰਦੇ ਹੁੰਦੇ ਹੀ ਮੰਮੀ ਆਪ ਹੀ ਘਰ ਦਾ ਕੰਮ ਕਰਦੇ ਹੀ ਤੇ ਮੈਨੂੰ ਮਤਲਬ ਕਿ ਮੈਂ ਸਟੱਡੀ ਕਰਦੀ ਰਹਿਣੀ ਸੀ ਬਟ ਫਿਰ ਵੀ ਮੈਂ ਥੋੜੀ-ਬੋੜੀ ਹੈਲਪ ਕਰ ਦਿੰਦੀ ਹੁੰਦੀ ਸੀ ਮੰਮਾ ਦੀ ਮੈਂ ਤਾਂ ਇੱਕ ਟੀਚਰ ਬਣਨਾ ਚਾਹੁੰਦੀ ਨਾਲ ਮੈਂ ਕੰਪਿਊਟਰ ਸਾਇੰਸ ਦਾ ਕੋਰਸ ਕਰਨਾ ਚਾਹੁੰਦੀ ਆ ਤੇ ਇਹ ਹੀ ਆ ਮੇਰਾ ਏਮ ਸਰ ਮੇਰਾ ਨਾਮ ਰਜੇਸ਼ ਪੰਡਤ ਆ ਜੀ ਮੈਂ ਸਮਾਜ ਸੇਵੀ ਆ ਔਰ ਉਹਨਾਂ ਨੇ ਸਮਾਜ ਭਲਾਈ ਦੇ ਕੰਮਾਂ ਦੇ ਵਾਸਤੇ ਛੜਾ ਵ KRT ਫਾਊਂਡੇਸ਼ਨ ਅਲੱਗ ਤੋਂ ਇੱਕ ਸੰਸਥਾ ਬਣਾਈ ਹੋਈ ਆ ਸੰਸਥਾ ਦਾ ਮੇਨ ਉਦੇਸ਼ ਇਹ ਹੈਗਾ ਵਾ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਏ ਜਿੱਥੇ ਕਿਤੇ ਸਮਾਜ ਦੇ ਵਿੱਚ ਕਿਤੇ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਆ KRT ਫਾਊਂਡੇਸ਼ਨ ਵੱਲੋਂ ਜਿਹੜਾ ਵਾ ਉਹਨਾਂ ਦੀ ਹੈਲਪ ਕੀਤੀ ਜਾਂਦੀ ਆ ਇਸ ਜਿਹੜਾ ਸੂਚ ਪਿੰਡ ਦੇ ਵਿੱਚ ਅੱਜ ਜਿੱਥੇ ਆਪਾਂ ਆਏ ਹੋਏ ਆ ਇਹ ਮੈਂ ਇੱਕ ਨਿਊਜ਼ ਹੀ ਸੋਸ਼ਲ ਮੀਡੀਆ ਦੇ ਵਿੱਚ ਦੇਖੀ ਸੀਗੀ ਕਿ ਇੱਕ ਬਹੁਤ ਜ਼ਰੂਰਤਮੰਦ ਪਰਿਵਾਰ ਆ ਵਾ ਵਿਧਵਾ ਔਰਤਾਂ ਔਰ ਇੱਕ ਉਹਦੀ ਬੱਚੀ ਆ ਬੱਚੀ ਪਲੱਸ 2 ਚ ਪੜ੍ਹ ਰਹੀ ਆ ਘਰ ਦਾ ਬਿੱਲ ਬਹੁਤ ਜ਼ਿਆਦਾ ਹੋ ਗਿਆ ਵਾ ਔਰ ਬਿੱਲ ਨਾ ਤਾਰਨ ਕਰਕੇ ਘਰ ਦੀ ਲਾਈਟ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਸੀਗਾ ਇਹ ਸੋਸ਼ਲ ਮੀਡੀਆ ਦੇ ਵਿੱਚ ਇਹ ਚੀਜ਼ ਦੇਖ ਕੇ ਤੇ ਮੈਂ ਆਪਣੇ ਐਮ ਡੀ ਸਰ ਜਿਹੜੇ ਆ ਕੁਵਰ ਰੋਹਿਟ ਠਾਕੁਰ ਜੀ ਉਹਨਾਂ ਨੂੰ ਮੈਂ ਫੋਨ ਕਰਕੇ ਕਿਹਾ ਕਿ ਸਰ ਇੱਕ ਆ ਚੀਜ਼ ਮੇਰੇ ਧਿਆਨ ਚ ਆਈ ਆ ਤੇ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਆ ਕਿ ਇੱਕ ਬੱਚਾ ਜਿਹੜਾ ਪਲੱਸ 2 ਦੀ ਪੜ੍ਹਾਈ ਕਰ ਰਿਹਾ ਵਾ ਹਾਂਜੀ ਉਹ ਅੱਜ ਦੇ ਆਧੁਨਿਕ ਯੁੱਗ ਵਿੱਚ ਜਿਹੜਾ ਵਾ ਇੱਕ ਦੀਵਾ ਬਾਲ ਕੇ ਪੜਨ ਲਈ ਮਜਬੂਰ ਹੋਇਆ ਦਾ ਵਾ ਸਾਡੇ ਐਮ ਡੀ ਸਰ ਕੁਵਰ ਰੋਹੀ ਠਾਕੁਰ ਜੀ ਨੇ ਜੜਾ ਵਾ ਉਦੋਂ 11000 ਰੁਪਏ ਜੜਾ ਵਾ ਉਹ ਦਿੱਤਾ ਉਹਨਾਂ ਦੇ ਬਿਹਾਫ ਤੇ ਮੈਂ ਆ ਕੇ ਇਸ ਪਰਿਵਾਰ ਨੂੰ ਲੱਭ ਕੇ ਪਿੰਡ ਘਰ ਤੇ ਇਹਨਾਂ ਨੂੰ ਆ ਕੇ ਤੇ ਮੈਂ ਦੇ ਕੇ ਗਿਆ ਜਿਸ ਦੇ ਨਾਲ ਇਹਨਾਂ ਨੇ ਆਪਣਾ ਲਾਈਟ ਦਾ ਕਨੈਕਸ਼ਨ ਚਲਾਇਆ ਅੱਜ ਦੁਬਾਰਾ ਫੇਰ ਇੱਥੇ ਆਉਣ ਦਾ ਕਾਰਨ ਵਾ ਕਿ ਪਰਸੋ ਹੀ ਇਸ ਬੱਚੇ ਨੇ ਫੋਨ ਕਰਕੇ ਦੱਸਿਆ ਕਿ ਸਰ ਮੇਰਾ ਪਲੱਸ 2 ਦਾ ਰਿਜ਼ਲਟ ਆ ਗਿਆ ਵਾ ਮੈਂ ਪਲੱਸ 2 ਦੇ ਵਿੱਚ ਆਪਣੀ ਕਲਾਸ ਚ ਟੌਪ ਕੀਤਾ ਵਾ 90.8% ਨੰਬਰ ਲੈ ਕੇ ਇਹਦੀ ਜਾਣਕਾਰੀ ਜਿਹੜੀ ਆ ਮੈਂ ਫੇਰ ਅੱਗੇ ਆਪਣੇ ਸਾਬ ਨੂੰ ਦਿੱਤੀ ਔਰ ਸਾਬ ਨੇ ਦੁਬਾਰਾ ਅੱਗੇ ਫਰਦਰ ਮੈਨੂੰ ਕਿਹਾ ਕਿ ਬੱਚੇ ਨੂੰ ਇਹ ਪੁੱਛੋ ਕਿ ਉਹ ਅੱਗੇ ਕੀ ਪੜਾਈ ਕਰਨਾ ਚਾਹੁੰਦਾ ਵਾ ਮੈਂ ਦੁਬਾਰਾ ਇਸ ਬੱਚੇ ਨਾਲ ਸੰਪਰਕ ਕੀਤਾ ਔਰ ਸੰਪਰਕ ਕਰਨ ਤੇ ਬੱਚੇ ਨੇ ਕਿਹਾ ਕਿ ਮੈਂ ਗ੍ਰੈਜੂਏਸ਼ਨ ਕਰਨੀ ਆ ਬੀਏ ਕਰਨੀ ਆ ਔਰ ਉਹਦੇ ਮੁਤਾਬਕ ਬੱਚੇ ਦਾ ਦਾਖਲਾ ਬੱਚੇ ਦੀ ਯੂਨੀਵਰਸਿਟੀ ਦੀ ਫੀਸ ਬੱਚੇ ਵਾਸਤੇ ਨਵੀਆਂ ਕਿਤਾਬਾਂ ਸਾਰਾ ਇਹ ਸਿਸਟਮ ਜਿਹੜਾ ਵਾ ਉਹ ਦੇਖ ਕੇ ਤਾਂ ਕੱਲ ਹੀ ਰੋਹਿਤ ਸਾਹਨੇ ਮੇਰੀ ਡਿਊਟੀ ਲਗਾਈ ਔਰ ਆਪਾਂ ਫੇਰ ਆ ਕੇ 11000 ਰੁਪਏ ਦੇ ਨਾਲ KRT ਫਾਊਂਡੇਸ਼ਨ ਦੇ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਆਪਾਂ ਇਸ ਬੱਚੇ ਦੀ 11000 ਰੁਪਏ ਦੀ ਜਿਹੜੀ ਆ ਫਾਈਨੈਂਸ਼ੀਅਲ ਸਪੋਰਟ ਕੀਤੀ ਆ ਮੈਂ ਫੇਰ ਤੁਹਾਡੇ ਚੈਨਲ ਦੇ ਸਾਰੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਰਹੀਂ ਜਿਹੜਾ ਵਾ ਉਹ ਦੱਸਣਾ ਚਾਹੁੰਦਾ ਵਾਂ ਕਿ KRT ਫਾਊਂਡੇਸ਼ਨ ਵੱਲੋਂ ਮੈਂ ਜਿਹੜਾ ਵਾ ਇਸ ਬੱਚੇ ਨੂੰ ਇਹ ਪਰਿਵਾਰ ਨੂੰ ਇਹਦੇ ਮਦਰ ਨੂੰ ਜੜਾ ਵਾ ਵਿਸ਼ਵਾਸ ਦਿਵਾਣਾ ਵਾ ਕਿ ਜਿੰਨੀ ਵੀ ਪੜ੍ਹਾਈ ਇਹ ਬੱਚਾ ਕਰੇਗਾ ਉਹਦਾ ਟੋਟਲ ਖਰਚ ਜੜਾ ਵਾ ਕੇਆਰਟੀ ਫਾਊਂਡੇਸ਼ਨ ਦੇ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਜੜਾ ਵਾ ਉਹ ਕੀਤਾ ਜਾਊਗਾ ਮੈਂ ਸਰ ਸਰਕਾਰ ਦਾ ਔਰ तमाम ਸਾਰੀਆਂ ਪੋਲਿਟਿਕਲ ਪਾਰਟੀਆਂ ਦਾ ਧਿਆਨ ਇਸ ਵਿਸ਼ੇ 'ਚ ਲਿਆਉਣਾ ਚਾਹੁੰਦਾ ਵਾ ਸਮਾਜ ਦੇ ਵਿੱਚ ਹੋ ਸਕਦਾ ਵਾ ਕਿ ਇਦਾਂ ਦੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪੜ੍ਹਾਈ ਤੋਂ ਵਾਂਝੇ ਰਹਿੰਦੇ ਹੁਣ ਆਰਥਿਕ ਤੰਗੀ ਕਰਕੇ ਆ ਮੇਰੀ ਇਹ ਕੋਸ਼ਿਸ਼ ਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅੱਗੇ ਕਿ ਆਪਾਂ ਵੱਡੀਆਂ-ਵੱਡੀਆਂ ਗੱਲਾਂ ਤਾਂ ਬਹੁਤ ਕਰਦੇ ਆ ਲੇਕਿਨ ਗਰਾਊਂਡ ਰਿਐਲਿਟੀ ਜਿਹੜੀ ਆ ਕੁਝ ਹੋਰ ਵਾ ਬਹੁਤ ਗਰਾਊਂਡ ਦੇ ਉੱਤੇ ਕੰਮ ਕਰਨ ਦੀ ਸਾਨੂੰ ਜ਼ਰੂਰਤ ਵਾ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਆ ਉਹ ਮੈਂ ਬੇਨਤੀ ਕਰਾਂਗਾ ਸੂਬੇ ਦੇ ਮੁੱਖ ਮੰਤਰੀ ਹੋ ਆਮ ਆਦਮੀ ਪਾਰਟੀ ਦੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਕਿ ਪੂਰੇ ਪੰਜਾਬ ਦੇ ਵਿੱਚ ਕੋਈ ਮੁਹਿੰਮ ਚਲਾਉਣ ਜਿਸ ਦੇ ਨਾਲ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਆ ਪਛਾਣ ਕੀਤੀ ਜਾਏ ਪਛਾਣ ਕਰਕੇ ਇਹਨਾਂ ਨੂੰ ਪੜਾਇਆ ਜਾਏ